ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦਰਮਿਆਨ ਸਰਕਾਰੀ ਦਾਅਵਿਆਂ ਦੇ ਬਾਵਜੂਦ ਲੋਕਾਂ ਦੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਨੇ। ਦਿਹਾਤੀ ਤੇ ਸ਼ਹਿਰੀ ਦੋਵੇਂ ਥਾਈਂ ਵਸਦੇ ਲੋਕਾਂ ਦੀ ਜ਼ਿੰਦਗੀ ਨੂੰ ਜ਼ਰੂਰੀ ਵਸਤਾਂ ਦੀ ਘਾਟ ਨੇ ਇੱਕ ਤਰ੍ਹਾਂ ਲੀਹ ਤੋਂ ਲਾ ਦਿੱਤਾ ਹੈ। ਤੁਸੀਂ ਵੀ ਸੁਣੋ ਇਸ ਬਾਰੇ ਆਮ ਲੋਕਾਂ ਦਾ ਕੀ ਕਹਿਣਾ ਹੈ। ਕਹਿਣਾ ਚਾਹੁੰਦਾ ਜਿਹੜੀ ਸਾਰੇ ਆਲ ਵਰਲਡ ਦੇ ਵਿੱਚ ਇੱਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਬਿਮਾਰੀ ਚੱਲੀ ਹੈ, ਇਹ ਬਹੁਤ ਖਤਰਨਾਕ ਬਿਮਾਰੀ ਹੈ ਅਤੇ ਗਰੀਬ ਲੋਕ ਹੈ ਜਿਹੜੇ ਬੜੇ ਇਸ ਦੇ ਵਿੱਚ ਪਿਸ ਰਹੇ ਨੇ, ਜਿਨ੍ਹਾਂ ਦੇ ਘਰਾਂ ਵਿੱਚ ਕੋਈ ਰਾਸ਼ਨ ਨਹੀਂ, ਕੋਈ ਮਿੱਟੀ ਦਾ ਤੇਲ ਨਹੀਂ, ਕੋਈ ਹੋਰ ਸੰਬੰਧ ਨਹੀਂ। ਉਹਦੇ ਸੰਬੰਧ ਵਿੱਚ ਜਿਹੜਾ ਸਿੱਖ ਸੈਂਟ ਸੈਲ ਸੋਲਜਰ ਸਕੂਲ ਤਲਵੰਡੀ ਸਾਹਿਬ ਉਹਦਾ ਉਪਰਾਲਾ ਕੀਤਾ ਹੈ ਕਿ ਗਰੀਬ ਲੋਕਾਂ ਨੂੰ ਥੋੜ੍ਹਾ ਥੋੜ੍ਹਾ ਉਹਨਾਂ ਦੀ ਲੋੜ ਮੁਤਾਬਕ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਇਹ ਅਸੀਂ ਧੰਨਵਾਦ ਕਰਦੇ ਹਾਂ ਅਤੇ ਇਹੋ ਜਿਹੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਵੀ ਇਹ ਸੰਸਥਾਵਾਂ ਅੱਗੇ ਆਉਣ ਅਤੇ ਗਰੀਬ ਲੋਕਾਂ ਦਾ ਕੋਈ ਨਾ ਕੋਈ ਭਲਾ ਹੋ ਸਕੇ। ਉੱਥੇ ਲੋੜਵੰਦਾਂ ਦੀ ਮਦਦ ਲਈ ਪੰਜਾਬ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ। ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਸਾਡੇ ਤਲਵੰਡੀ ਸਾਬੋ ਤੋਂ ਪੱਤਰਕਾਰ ਲਖਵਿੰਦਰ ਸ਼ਰਮਾ ਨੇ। ਜਿੱਥੇ ਪਹਿਲਾਂ ਪੁਲਿਸ ਮੁਲਾਜ਼ਮ ਪੰਜਾਬ ਦੇ ਵਿੱਚ ਕਰਫਿਊ ਲੱਗਣ ਦੇ ਦੌਰਾਨ ਸਖਤੀ ਕਰਦੇ ਦਿਖਾਈ ਦੇ ਰਹੇ ਸਨ, ਹੁਣ ਉਹ ਪੁਲਿਸ ਮੁਲਾਜ਼ਮ ਸਮਾਜ ਸੇਵਾ 'ਤੇ ਉਤਰ ਆਏ ਹਨ ਔਰ ਉਹ ਜਿਹੜੇ ਗਰੀਬ ਲੋਕਾਂ ਦੀ ਪਛਾਣ ਕਰਕੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਜਿਹੜਾ ਸਮਾਨ ਹੈ ਉਹ ਵੰਡਣ ਦੀ ਹਦਾਇਤ ਕਰ ਰਹੇ ਨੇ। ਅੱਜ ਮੇਰੇ ਨਾਲ ਮੌਜੂਦ ਨੇ ਤਲਵੰਡੀ ਸਾਬੋ ਦੇ SHO ਸਾਹਿਬ ਜੋ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸਰਵਾ ਕਰਕੇ ਗਰੀਬ ਲੋਕਾਂ ਨੂੰ ਜਿਹੜਾ ਸਮਾਨ ਹੈ ਉਹ ਭੇਜਿਆ। ਆਪਾਂ ਗੱਲ ਕਰ ਲੈਂਦੇ ਹਾਂ, ਮੇਰੇ ਨਾਲ ਮੌਜੂਦ ਨੇ ਥਾਣਾ ਮੁਖੀ ਮਨਪ੍ਰੀਤ ਜੀ, ਕੀ ਕਹਿਣਾ ਜਰਤ ਜੀ, ਕੀ ਕਹਿਣਾ? ਇਹਨਾਂ ਹੁਣ ਕਰਫਿਊ ਪਤਾ ਇੰਪੋਜ਼ ਹੋ ਚੁੱਕਿਆ, ਹੋਮ ਡਿਲੀਵਰੀ ਗਵਰਨਮੈਂਟ ਵੱਲੋਂ ਅਲਾਊਡ ਕਰ ਦਿੱਤੀ ਗਈ ਹੈ ਵੀ ਕੋਈ ਰਾਸ਼ਨ ਦਾ ਦੁਕਾਨ ਜਾਂ ਕੋਈ ਵੀ ਹੋਮ ਡਿਲੀਵਰੀ ਕਰਨਾ ਚਾਹੁੰਦੇ ਉਹ ਕਰ ਸਕਦੇ ਜਾ ਕੇ। ਹੁਣ ਜਿਹੜੇ ਗਰੀਬ ਪਰਿਵਾਰ ਆ ਜਿਹਨਾਂ ਦੇ ਮਤਲਬ ਰਾਸ਼ਨ ਲੈ ਨਹੀਂ ਸਕਦੇ, ਉਹਨਾਂ ਦੀ ਫਾਈਨੈਂਸ਼ੀਅਲ ਕਪੈਸਿਟੀ ਨਹੀਂ ਹੈਗੀ, ਉਹਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਮਤਲਬ ਰਾਸ਼ਨ ਵੰਡਣਾ ਚਾਹੁੰਦੀਆਂ, ਘਰ ਘਰ ਜਾ ਕੇ ਡਿਲੀਵਰ ਕਰਨਾ ਚਾਹੁੰਦੀਆਂ, ਉਹਨਾਂ ਨੂੰ ਅਲਾਓ ਕਰ ਰਹੇ ਹਾਂ। ਨਾਲ ਇਕੱਠ ਨਹੀਂ ਕਰਨ ਦਿੱਤਾ ਜਾ ਰਿਹਾ, ਇਸ ਲਈ ਪੁਲਿਸ ਮੁਲਾਜ਼ਮ ਨਾਲ ਜਾਂਦੇ ਉਹਨਾਂ ਦੇ। ਇਵੇਂ ਸੇਂਟ ਸੋਡਲ ਸਕੂਲ ਦੀ ਬੱਸ ਆ ਜਿਹੜੀ ਹੁਣ ਇਹ ਜਾ ਰਹੀ ਆ ਕੋਈ 50 ਕਿੱਟਾਂ ਦੇ ਨੇੜੇ ਲੈ ਕੇ, ਜਿਹੜੇ ਕਿ ਪਿੰਡਾਂ ਦੇ ਵਿੱਚ ਗਰੀਬ ਪਰਿਵਾਰ ਆ ਜਿਹਨਾਂ ਦਾ ਨਹੀਂ ਅਫੋਰਡ ਕਰ ਸਕਦੇ ਰਾਸ਼ਨ ਲੈਣਾ, ਉਹਨਾਂ ਦੇ ਰਾਸ਼ਨ ਘਰ ਘਰ ਪਹੁੰਚਾਉਣ ਲਈ, ਤਾਂ ਕਿ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਜਿੰਨੀ ਦੇਰ ਤੱਕ ਕਰਫਿਊ ਇੰਪੋਜ਼ ਰਹੂਗਾ, ਲੋਕਡਾਊਨ ਰਹੂਗਾ, ਉਹ ਆਪਦੇ ਘਰ ਦਾ ਗੁਜ਼ਾਰਾ ਜਾਂ ਸਿੰਪਲ ਚਲਾ ਕੇ ਘਰ ਦੇ ਵਿੱਚ ਰਹਿ ਸਕਣ। ਲੋਕਾਂ ਨੂੰ ਸਰ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਆਪਦੇ ਘਰੋਂ ਘਰ ਹੀ ਰਹੋ, ਤੁਹਾਡੀ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਬਾਹਰ ਮੂਹਰੇ ਆਉਣਗੀਆਂ, ਅੰਦਰੋਂ ਆ ਕੇ ਕਲੈਕਟ ਕਰੋ ਜਾਂ ਅੰਦਰ ਹੀ ਕਲੈਕਟ ਕਰੋ, ਬਟ ਇਕੱਠ ਨਾ ਪਾਓ। ਜੇ ਕੋਈ ਆਉਂਦਾ, ਇੱਕ ਰੇਹੜੀ ਆਉਂਦੀ ਹੈ ਜਾਂ ਕੋਈ ਵੀ ਚੀਜ਼ ਆਉਂਦੀ ਹੈ, ਉਹਦੇ ਆਲੇ ਦੁਆਲੇ ਇਕੱਠ ਨਾ ਕਰੋ, ਕਿਉਂਕਿ ਕੰਟੈਮੀਨੇਸ਼ਨ ਇਕੱਠ ਨਾਲ ਹੀ ਹੁੰਦੀ ਹੈ। ਆਪਣਾ ਬੇਸਿਕ ਮੋਟਿਵ ਇਹ ਹੈ ਵੀ ਇਕੱਠ ਨਹੀਂ ਕਰਨਾ ਹੈਗਾ ਆਪਾਂ ਕਿਤੇ। ਹਾਂਜੀ, ਇਹਨਾਂ SHO ਸਾਹਿਬ ਦਾ ਕਹਿਣਾ ਕਿ ਗਰੀਬ ਲੋਕ ਆ ਜਿਹੜੇ ਉਹ ਆਪਦੀ ਕਪੈਸਿਟੀ ਅਨੁਸਾਰ ਉਹ ਖਾਣਾ ਲੈਣ ਆਉਣ ਅਤੇ ਔਰ ਆਪਣਾ ਜਿਹੜੀਆਂ ਹਦਾਇਤਾਂ ਨੇ ਉਹਦਾ ਪਾਲਣ ਕਰਨ। ਮੇਰੇ ਨਾਲ ਮੌਜੂਦ ਨੇ ਜੋ ਸੰਸਥਾ ਤਲਵੰਡੀ ਸਾਬੋ ਦਾ ਸੈਂਟ ਸਲਡਰ ਸਕੂਲ ਜੋ ਰਾਸ਼ਨ ਵੰਡਣ ਲਈ ਗਰੀਬਾਂ ਦੇ ਨੂੰ ਅੱਗੇ ਆਇਆ, ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਂਦੇ ਕਿੰਨੀਆਂ ਕਿੱਟਾਂ ਵੰਡਣੀਆਂ ਇਹਨਾਂ ਨੇ, ਕੀ ਮਕਸਦ ਇਹਨਾਂ ਦਾ, ਕੀ ਖਿਆਲ ਆ ਗਿਆ? ਹਾਂਜੀ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਗੁਰਦੀਪ ਸ਼ਰਮਾ ਜੀ, ਸੈਂਟ ਸੋਲ ਸਕੂਲ ਵਿਖੇ ਮੈਂ ਟੀਚਰ ਹਾਂ ਇੱਕ। ਹਾਂਜੀ, ਅਸੀਂ ਅੱਜ 50 ਕਿੱਟਾਂ ਵੰਡ ਰਹੇ ਹਾਂ ਗਰੀਬ ਪਰਿਵਾਰਾਂ 'ਚ ਜਿਨ੍ਹਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ, ਤਾਂ ਅਸੀਂ ਅੱਗੇ ਵੀ ਜਿਨ ਲੋੜਵੰਦ ਪਰਿਵਾਰ ਹੋਏ ਉਹਨਾਂ ਨੂੰ ਅੱਗੇ ਵੀ ਕਿੱਟਾਂ ਦੇਵਾਂਗੇ। ਇਹ ਸਾਡਾ ਉਪਰਾਲਾ ਹੈ ਕਿ ਹਰ ਘਰ ਨੂੰ ਰਾਸ਼ਨ ਪਹੁੰਚੇ, ਕੋਈ ਵੀ ਗਰੀਬ ਭੁੱਖਾ ਨਾ ਰਹੇ ਇਸ ਕਰਫਿਊ ਦੇ ਸਮੇਂ ਦੌਰਾਨ। ਇਹੀ ਮੇਰਾ ਸਾਰਿਆਂ ਨੂੰ ਸੁਝਾਅ ਹੈ ਕਿ ਵੱਧ ਤੋਂ ਵੱਧ ਲੋਕ ਮਦਦ ਕਰਨ ਆਪਣੇ ਆਂਢੀਆਂ ਦੀ। ਹਾਂਜੀ, ਮੈਂ ਹੋਰ ਸਕੂਲਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਹੋਰ ਸਕੂਲ ਵੀ ਇਸ ਤਰ੍ਹਾਂ ਸਾਡੇ ਜਿਵੇਂ ਅਸੀਂ ਉਪਰਾਲਾ ਕਰ ਰਹੇ ਹਾਂ ਇਸ ਤਰ੍ਹਾਂ ਅੱਗੇ ਆਉਣ, ਤਾਂ ਕਿ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਹਾਂਜੀ, ਇਹਨਾਂ ਦਾ ਕਹਿਣਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਿੰਡਾਂ ਨੂੰ ਜਿਹੜੇ ਲੋਕ ਬਿਲਕੁਲ ਖਾਣਾ ਰਾਸ਼ਨ ਲੈਣ ਦੇ ਯੋਗ ਨੇ ਉਹਨਾਂ ਨੂੰ ਹੀ ਜਿਹੜਾ ਰਾਸ਼ਨ ਉਹ ਦਿੱਤਾ ਜਾਵੇ। ਤਲਵੰਡੀ ਸਾਬੋ ਤੋਂ ਕਮਲ ਦੇ ਨਾਲ ਲਖਵਿੰਦਰ ਸ਼ਰਮਾ, ਡੇਲੀ ਪੋਸਟ, ਤਲਵੰਡੀ ਸਾਬੋ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ,
ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।